Hey guys, अगर आप चाहते हो अपने गाने का रिएक्शन कराना वो भी बजट में, तो आप मुझे इस ईमेल पे कॉन्टेक्ट कर सकते हो या फिर मुझे आप इंस्टा पे मैसेज कर सकते हो जस्ट ऑफिशियल 0001। गुड बाय। Hey guys, welcome back to my new reaction video। सत श्री अकाल सारे दोस्तों, आज आप चेक कर लगे हैं हर्ष लिखारी बाई दे गाने ते, जिदा नाम है नेवर फोल्ड नेवर बैक डाउन ट्रिब्यूट टू सिद्धू मूसेवाला। सिद्धू मूसेवाला रशियन पावर ब्रदर, ठीक है। सो आप चेक करते हैं, सो वीडियो लाइक कर देना, चैनल में सब्सक्राइब कर देना। सो वन टू थ्री, लेट्स गो। मित्रों, लाइफ इज ऑल अबाउट हैप्पीनेस एंड पॉजिटिविटी। आज असी आने सारे, ठीक है, चलो सारे। ऑल अबाउट हैप्पीनेस एंड पॉजिटिविटी। मूसेवाला की आवाज नाइस। आज असी आने सारे, जस्ट एक बार सिद्धू मूसेवाला, ਅਸੀਂ ਇਹੀ ਚਾਹੁੰਦੇ ਹੁੰਦੇ ਆਲਵੇਜ ਵੀ ਸਾਰੇ ਜਣੇ ਪੋਜ਼ਿਟਿਵ ਰਹਿਣ, ਸਾਰੇ ਚੰਗੀਆਂ ਗੱਲਾਂ ਕਰਨ, ਖੁਸ਼ ਰਹਿਣ, ਹੱਸਣ। ਪਰ ਸਮ ਟਾਈਮਸ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਗੀਤ ਨਾ ਸੀ ਗਾਇਆ ਪਰ ਮਿਲਿਆ ਇਨਸਾਫ ਨਾ ਕੋਈ। ਦੁੱਖ ਨਾ ਮਾਦਾ ਜਾਣ ਦਾ ਕੋਈ, ਦੁੱਖ ਨਾ ਮਿਲਦਾ ਹਣ ਦਾ ਕੋਈ, ਪਤਾ ਨੀ ਸਭ ਨੂੰ ਕਾ ਦੁਰਵਤੇ ਲੱਗ ਰਿਹਾ ਸਿੱਧੂ ਮੂਸੇ ਵਾਲਾ ਪੱਕਾ ਦਿਲ ਕਿਹੜਾ ਪਰ ਮਿਲਿਆ ਇਨਸਾਫ ਨਾ ਕੋਈ। ਮਿੱਟੀ ਨਾਲ ਜੁੜਿਆ ਰਿਹਾ, ਕਈ ਵਾਰ ਖੇਤਾਂ ਦੇ ਵਿੱਚ ਹੁੰਦਾ ਸੀ ਟਰੈਕਟਰ ਲੈ ਕੇ ਬੰਦਾ, ਤੇ ਇੰਟਰਨੈਸ਼ਨਲ ਚ ਦੀਆਂ ਗੱਲਾਂ ਹੁੰਦੀਆਂ ਸੀ। ਬ੍ਰੋ ਯਾਰ ਕੀ ਗੱਲ ਹੈ, ਇੱਕ ਤਾਣੀ ਰੱਖਦਾ ਸੀ ਜਿੱਥੇ ਕਰਦਾ ਸਟੈਂਡ, ਕਿਸੇ ਚੀਜ਼ ਦਾ ਨਾ ਸ਼ੌਂਕ ਉਹ ਤਾਂ ਆਪਸੀ ਬ੍ਰੈਂਡ, ਪੈਸਾ ਗੱਡੀ ਕੋਠੀ ਸਭ ਉਹਦੇ ਲਈ ਬੇਕਾਰ, ਜਿੱਤੇ ਸਭ ਦਾ ਉਹ ਦਿਲ ਨਾ ਕੋਈ ਹੰਕਾਰ, ਗੱਡੀਆਂ ਤੇ ਕੋਠੀਆਂ ਤੇ ਹਰ ਜਗ੍ਹਾ ਨਾ, ਦਿਮਾਗਾਂ ਉੱਤੇ ਦਿਲਾਂ ਉੱਤੇ ਹਰ ਜਗ੍ਹਾ ਨਾ, ਕਿਤਾਬਾਂ ਉੱਤੇ ਪੰਨਿਆਂ ਤੇ ਹਰ ਜਗ੍ਹਾ ਨਾ, ਜ਼ੁਬਾਨ ਉੱਤੇ ਕਲਮ ਉੱਤੇ ਹਰ ਜਗ੍ਹਾ ਨਾ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ, ਬੀਟ ਬਹੁਤ ਡਾਰਕ ਸੀਗੀ, ਬਹੁਤ ਵਧੀਆ ਇਮੋਸ਼ਨਲ ਟਾਈਪ ਬੀਟ ਸੀਗੀ, ਤੇ ਲਿਰਿਕਸ ਤਾਂ ਔਨ ਪੁਆਇੰਟ ਸੀਗੇ। ਮਤਲਬ ਕਿ ਜੋ ਗੱਲਾਂ ਉਹਨੇ ਕਹੀਆਂ ਨੇ ਬਿਲਕੁਲ ਸੱਚ ਕਹੀਆਂ ਨੇ, ਕਿ ਉਹਦੇ ਉਹਨੇ ਕਦੀ ਆਪਣਾ ਜ਼ਮੀਨ ਨਹੀਂ ਵੇਚਿਆ, ਠੀਕ ਹੈ, ਉਹਨੇ ਕਦੀ ਅਮੀਰੀ ਨਹੀਂ ਦਿਖਾਈ, ਉਹਦੀ ਮਾਂ ਜਦੋਂ ਰੋਂਦੀ ਹੈ ਤਾਂ ਯਾਰ ਦੇਖਿਆ ਨਹੀਂ ਜਾਂਦਾ। ਠੀਕ ਹੈ ਸਰ, ਆਪ ਮਿਸ ਯੂ ਬਾਈ ਯਾਰ, ਸਾਨੂੰ ਸਾਰੇ ਬਹੁਤ ਮਿਸ ਕਰਦੇ ਨੇ, ਠੀਕ ਹੈ, ਅਤੇ ਹਜੇ ਵੀ ਧੱਕ ਪਾਈ ਹੋਈ ਹੈ, ਅਤੇ ਜਿੰਨੀ ਦੇਰ ਤੱਕ ਇਹ ਦੁਨੀਆ ਰਹੂਗੀ ਤੂੰ ਧੱਕ ਹੀ ਪਾਏਗਾ, ਠੀਕ ਹੈ ਨਾ, ਤੇਰੇ ਗਾਣੇ। ਅਤੇ ਇਹ ਸੀਗਾ ਗਾਣਾ ਨੈਵਰ ਫੋਲਡ ਨੈਵਰ ਬੈਕ ਡਾਊਨ, ਬਹੁਤ ਪਿਆਰਾ ਟ੍ਰਿਬਿਊਟ ਸੀਗਾ, ਦਿਲ ਜਿੱਤ ਲਿਆ ਬਰੋ ਯਾਰ, ਸੱਚੀ ਦੱਸਾਂ ਤਾਂ, ਠੀਕ ਹੈ ਨਾ, ਕਲਮ ਸੋਹਣੀ ਹੈ ਮੁੰਡੇ ਦੀ, ਠੀਕ ਹੈ। ਅਤੇ ਅਗਰ ਵਧੀਆ ਲੱਗਿਆ ਰਿਐਕਸ਼ਨ ਤਾਂ ਲਾਈਕ ਕਰ ਦੇਣਾ ਵੀਡੀਓ ਨੂੰ।